ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਪਣੀ YouTube ਚੈਨਲ ਦਿਲਜੋਤ ਪਰਮਾਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ 2023 ਦਾ ਪੰਜਾਬੀ A ਦਾ ਪੇਪਰ ਠੀਕ ਹੈ ਸੋ ਇਹਦੇ ਅੱਜ ਆਪਾਂ ਜਿਹੜਾ ਆਪਾਂ ਦੇਖ ਕੇ ਆਏ ਹਾਂ ਇਹਦੇ ਆਪਾਂ ਆਨਸਰਸ ਮਤਲਬ ਲੱਭਾਂਗੇ ਤੇ ਦੇਖ ਲਾਂਗੇ ਕਿੰਨੇ ਆਪਣੇ ਬਣ ਰਹੇ ਆ ਠੀਕ ਹੈ ਆਨਸਰ ਕੀ ਆਏ ਚ ਠੀਕ ਹੈ ਸੋ ਐਤ ਕੀ ਦਾ ਪੇਪਰ ਯਾਰ ਅਨਐਕਸਪੈਕਟਿਡ ਪੇਪਰ ਆ ਗਿਆ ਹਨ ਜਿਵੇਂ ਤੁਸੀਂ ਕਹਿ ਰਹੇ ਸੀ ਔਰ ਗੇਬ ਕੀ ਕਹਿੰਦੇ ਇੰਪੋਰਟੈਂਟ ਆ ਉਹ ਇੰਪੋਰਟੈਂਟ ਆ ਕਰਦਾ ਪਿਆਰ ਬਟ ਉਹ ਆਇਆ ਹੀ ਨਹੀਂ ਸੋ ਚਲੋ ਦੇਖਦੇ ਹਾਂ ਹੁਣ ਆਨਸਰ ਕੀਆ ਠੀਕ ਹੈ ਸੋ ਫਰਸਟ ਦੇਖ ਲਓ ਵਸਟੂ ਨਿਸਪੀਰੇਸ਼ਨ ਸੀ 10 ਇਹ ਤਾਂ ਚਲ ਠੀਕ ਆ ਸੌਖਾ ਸੀਗਾ ਬਟ ਇਹ ਵਾਲਾ ਯਾਰ ਪੀਡੀਐਫਾਂ ਚ ਹੈ ਨਹੀਂ ਸੀਗਾ ਗਾਈਡ ਚ ਹੋ ਉਹ ਵਿਕਾਰ ਹੋ ਗਿਆ ਯਾਰ ਇਹ ਵਾਲਾ ਇਹ ਵਾਲਾ ਮੇਰਾ ਗਲਤ ਹੋ ਗਿਆ ਸ਼ਾਇਦ ਸੋ ਇਹ ਦੇਖ ਲਓ ਇੱਕ ਹੋਰ ਨਵਾਂ ਸਾਲ ਦੇ ਕਾਂਡ 2 ਦੇ ਕਿਸੇ ਇੱਕ ਪਾਤਰ ਦਾ ਲਿਖੋ ਠੀਕ ਆ ਦੁਪਹਿਰ ਕਾਂਡ ਦਾ ਕਿਸੇ ਇੱਕ ਪਾਤਰ ਦਾ ਠੀਕ ਆ ਤਾਰੋ ਲਿਖਤੀ ਆਪਾਂ ਤੁਸੀਂ ਜਿਹੜੀ ਲਿਖੀ ਹੋ ਉਹ ਬੰਤਾ ਵੀ ਸਹੀ ਆ ਵੈਸੇ ਬੰਤਾ ਵੀ ਸੀਗਾ ਤੇ ਨੈਕਸਟ ਦੇਖ ਲਓ ਗੁਰੂ ਅੰਗਦ ਦੇਵ ਜੀ ਕਿਸ ਘਾਵ ਧਾਰਾ ਨਾਲ ਸੰਬੰਧਿਤ ਸਨ ਗੁਰਮਤ ਕਾਵੇ ਤੇ ਸੋਖਿਆ ਜਾਣਾ ਚੰਡੀ ਦੀ ਵਾਰ ਕਿਸ ਦੀ ਰਚਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹ ਵੀ ਉਹ ਸੋਖਾ ਕੀ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਕਹਿੰਦੇ ਹਨ ਠੀਕ ਹੈ ਇੱਟਾਂ ਜਾਂ ਵੱਟਿਆਂ ਦੇ ਕੋ ਬਣੇ ਕੋਠੇ ਨੂੰ ਕਹਿੰਦੇ ਹਨ ਨਹੀਂ ਠੀਕ ਹੈ ਇਹਦਾ ਆਨਸਰ ਮੈਂ ਇਹਦਾ ਹੋਰ ਗੋਸ਼ੀ ਲਿਖਦਾ ਯਾਰ ਕਿਸੇ ਦੇ ਪਿੱਛੇ ਲੱਗ ਕੇ ਰਬਾਬ ਮੰਗਾਉਣ ਦਾ ਵਿਰਤਾਂਤ ਲੇਖ ਲੇਖ ਦਾ ਲੇਖਕ ਕੌਣ ਹੈ ਗਿਆਨੀ ਦਿੱਤ ਸਿੰਘ ਠੀਕ ਹੈ ਬਾਗੀ ਦੀ ਧੀ ਕਹਾਣੀ ਕਿਸ ਕਹਾਣੀ ਦੀ ਲਿਖੀ ਹੋਈ ਹੈ ਮਤਲਬ ਕਹਾਣੀਕਾਰ ਦੀ ਲਿਖੀ ਹੋਈ ਹੈ ਗੁਰਮੁਖ ਸਿੰਘ ਮੁਸਾਫਿਰ 2 ਮਿੰਟ ਇੱਥੇ ਗਲਤ ਹੋ ਗਿਆ ਸੀ ਉੱਤੇ-ਨੀਚੇ ਲਿਖਤਾ ਕੁਲਫੀ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਕਾਕਾ ਲਿਖਤਾ ਬਲਵੰਤ ਗਾਗਰੀ ਦੀ ਕੇੜੀ ਇਕਾਂਗੀ ਵਨਗੀ ਵਿੱਚ ਦਰਜ ਹੈ ਬੰਬਗੇਸ਼ ਠੀਕ ਹੈ ਸਮੁੰਦਰੋਪਾਰਿਕਾਂਗੀ ਅਨੁਸਾਰ ਬਲਵੰਤ ਢੀਲ ਨੂੰ ਹਰਬਦੀ ਬਾਜਵਾ ਦਾ ਕਿਲਾ ਦਾ ਸੀ ਦੋਸਤ ਠੀਕ ਹੈ ਨੈਕਸਟ ਹੈਗਾ ਜੀ ਇੱਕ ਹੋਰ ਨਵਾਂ ਸਾਲ ਦੇ ਕਾਂਡ ਤਿੰਨ ਦਾ ਕੀ ਨਾਮ ਹੈ ਠੀਕ ਹੈ ਸ਼ਾਮ ਕਾਂਡ ਸੋ ਇਹ ਹੋ ਗਿਆ ਆਪਣਾ ਹੁਣ ਆਪਾਂ ਕਰਦੇ ਆਂ ਨੈਕਸਟ ਹਾਂਜੀ ਉਸ ਤੋਂ ਬਾਅਦ ਆ ਜਾਂਦਾ ਜੀ ਆਪਣੀ ਦੋ ਚਾਰ ਪ੍ਰਸੰਗਾ ਸੀ ਜਿਹੜੀਆਂ ਜਿਹੜੀਆਂ ਆਈਆਂ ਇਹ ਵੀ ਅਨ ਐਕਸਪੈਕਟਿਡ ਆਈਆਂ ਸੋ ਇਹ ਜਿਹੜੇ ਕਹਿੰਦੇ ਸੀ ਕਿ ਜੰਡੀ ਦੀ ਵਾਰ ਆਊਗੀ ਹੈ ਤੇ ਕੀ ਆਈ ਨਹੀਂ ਤੇ ਕੀ ਕਹਿੰਦੇ ਆ ਕਹਿੰਦੇ ਸੀ ਗੁਰੂ ਨਾਨਕ ਦੇਵ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਆਣਾ ਆਏ ਨਹੀਂ ਉਸ ਤੋਂ ਬਾਅਦ ਆ ਗਏ ਇੱਥੇ ਇੱਥੇ ਕਹਿੰਦੇ ਸੀ ਸ਼ਲੋਕ ਆਣੇ ਆ ਸ਼ਲੋਕ ਨਹੀਂ ਆਏ ਉਸ ਤੋਂ ਬਾਅਦ ਆ ਗਿਆ ਜੀ ਸੱਸੀ ਪੁੰਨੂ ਚਲੋ ਇਹ ਤਾਂ ਠੀਕ ਸੀ ਇਹ ਤਾਂ ਸੌਖਾ ਹੀ ਸੀ ਸੋ ਚਲੋ ਕਰਦੇ ਆ ਪੰਜਾਬ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਸੋ ਦੋਸਤੋ ਇਹ ਐਵੇਂ ਆ ਇਹ ਕਾਵ ਟੋਟਾ ਦਸਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਿਹਤ ਮਾਲਾ ਵਿੱਚ ਦਰਜ ਸ਼ਾ ਮੁਹੰਮਦ ਦੀ ਪ੍ਰਸਿੱਧ ਰਚਨਾ ਜੰਗ ਨਮਾ ਤੇ ਫਰੰਗੀਆਂ ਦੇ ਅੰਸ਼ ਸਿੰਘ ਦਾ ਜੰਗ ਲਈ ਗੁਰਮਤਾ ਵਿੱਚੋਂ ਲਿਆ ਗਿਆ ਹੈ ਠੀਕ ਹੈ ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਨਹੋਂਦ ਕਾਰਨ ਸਿੱਖਾਂ ਦੀ ਜਿੱਤ ਨੂੰ ਹਾਰ ਵਿੱਚ ਬਦਲਣ ਦੇ ਦ੍ਰਿਸ਼ ਨੂੰ ਕਰੂਨਾ ਮਈ ਢੰਗ ਨਾਲ ਬਿਆਨ ਕੀਤਾ ਹੈ ਇਹਨਾਂ ਸਤਰਾਂ ਵਿੱਚ ਸਿੰਘਾਂ ਦੀ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਕੀਤਾ ਗਿਆ ਹੈ ਠੀਕ ਹੈ ਸੋ ਪਰ ਵਿਆਖਿਆ ਦੇਖਦੇ ਆ ਤੇ ਆਪਣਾ ਪੇਪਰ ਦੱਸ ਦਿਓ ਕਿਵੇਂ ਹੋਇਆ ਉਸ ਤੋਂ ਬਾਅਦ ਹੈਗਾ ਜੀ ਸ਼ਾਮ ਮੁਹੰਮਦ ਲਿਖਦਾ ਹੈ ਕਿ ਜਦੋਂ ਹਾਂ ਇਹ ਪੜ ਲਿਓ ਠੀਕ ਹੈ ਕਿ ਮੈਸੀ ਹੁਣ ਤਾਂ ਆਪਾਂ ਨੂੰ ਇਹਦੀ ਲੋੜ ਨਹੀਂ ਬਟ ਆਪਾਂ ਆਨਸਰ ਦੇਖ ਲਿਓ ਜੀ ਤੁਹਾਡਾ ਸਹੀ ਆ ਸਹੀ ਆ ਸੋ ਆਨ ਕਰਦੇ ਆ ਨੈਕਸਟ ਉਸ ਤੋਂ ਬਾਅਦ ਹੈਗਾ ਜੀ ਭਾਗ ਹੋਆ ਗੁਰਸੰਤ ਮਿਲਾਇਆ ਚਲੋ ਦੇਖਦੇ ਆ ਦੋਸਤੋ ਇਹ ਕਹਾ ਆਇਆ ਸੀਗਾ ਇਹ ਆਇਆ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮੇਰਾ ਮਨ ਕੀ ਇਥੇ ਆ ਯਾਰ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਠੀਕ ਹੈ ਸੋ ਇਹ ਤਾਂ ਬਿਲਕੁਲ ਨਹੀਂ ਸੀਗਾ ਦੇਖ ਲਓ 2003 ਚ ਆਇਆ ਸੀਗਾ ਇਹ ਤਾਂ ਬਿਲਕੁਲ ਨਹੀਂ ਸੀਗਾ ਬਟੇ ਆ ਗਿਆ ਦੇਖ ਲਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਾਣੀ ਦਾ ਅੰਸ਼ ਹੈ 10ਵੀਂ ਜਮਾਤ ਦੀ ਸਹਿਤਮਲਕ ਗੁਰਮਤਕਾਵ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਸੇ ਲੇ ਖੇੜ ਦਰਜ ਹੈ ਠੀਕ ਹੈ ਇਸ ਸਲੋਗ ਵਿੱਚ ਤਿੰਨ ਬੰਦਾ ਵਿੱਚ ਠੀਕ ਹੈ ਇਹ ਦੇਖ ਲੈਣਾ ਉਸ ਤੋਂ ਬਾਅਦ ਇਹ ਆ ਗੁਰੂ ਜੀ ਫਰਮਾਉਂਦੇ ਹਨੇ ਭਾਈ ਮੇਰੇ ਭਾਗ ਜਾਗ ਪਏ ਹਨ ਠੀਕ ਹੈ ਸੋ ਇਹ ਦੇਖ ਲੈਣਾ ਹਨਾ ਸੋਨ ਦੇਖਦੇ ਆ नेक्स्ट ਬਾਅਦ ਹੈਗਾ ਸਾਈ ਜੀਨਾ ਜਿਨਾਰ ਦੇਵਲ ਠੀਕ ਹੈ ਇਹ ਦੇਖਦੇ ਆ ਇਹ ਚਲੋ ਇੰਪੋਰਟੈਂਟ ਸੀਗਾ ਇਹ ਆ ਗਿਆ ਵਾ ਹੈਨਾ ਤੇ ਆ ਦੇਖ ਸਕਦੇ ਹਾਂ ਤੇ ਆਪਣਾ ਆਨਸਰ ਦੇਖ ਲਿਓ ਮੈਚ ਕਰਕੇ ਸਹੀ ਆ ਰਿਹਾ ਸਹੀ ਆ ਠੀਕ ਹੈ ਤੋ ਨੰਬਰ ਦੱਸ ਦਿਓ ਕੁੱਲ ਟੋਟਲ ਤੁਹਾਡੇ ਕਿੰਨੇ ਹੋਏ ਕਿੰਨੇ ਮਤਲਬ ਆਏ ਤੁਹਾਡੇ ਹਿਸਾਬ ਨਾਲ ਲਾਸਟ ਚ ਹੈਗਾ ਜੀ ਕੁਛ ਡਿੱਗਦੀ ਕੁਛ ਟੈਂਦੀ ਠੀਕ ਹੈ ਸੋ ਇਹ ਸੱਸੀ ਪੁੰਨੂ ਵਾਲਾ ਸੋ ਦੋਸਤੋ ਇਹ ਦੇਖ ਸਕਦੇ ਹੋ ਇਹੇ ਸੀਗਾ ਯਾਰ ਸੌਖਾ ਸੀਗਾ ਬੱਟ ਯਾਰ ਉਹੀ ਨਹੀਂ ਮਿਲਿਆ ਟਾਈਮ ਹੀ ਨਹੀਂ ਸੀਗਾ ਸੋ ਵਿਆਖਿਆ ਲਾਗੀ ਮੇਰੀ ਬਹੁਤ ਸੌਖੀ ਸੀਗੀ ਸੋ ਦੇਖ ਹੀ ਲਿਆ ਹੋਗਾ ਹੁਣ ਕਰਦੇ ਆਪਾਂ ਨੈਕਸਟ ਨੈਕਸਟ ਸਿਗਾ ਜੀ ਹੇਠ ਲਿਖਿਆ ਕਵਿਤਾ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ 40 ਸ਼ਬਦਾਂ ਚ ਲਿਖੋ ਠੀਕ ਹੈ ਇਸ਼ਕ ਦੀ ਨਵੀਂ ਨਵੀਂ ਬਹਾਰ ਜਾਂ ਸਤਗੁਰੂ ਨਾਨਕ ਪ੍ਰਗਟਿਆ ਸੋ ਸਤਗੁਰੂ ਨਾਨਕ ਪ੍ਰਗਟਿਆ ਸੀ ਆਪਾਂ ਇਹ ਕਰ ਲਈਆ ਸੋ ਆਪਾਂ ਥੋੜੀ ਵੱਡੀ ਵੀ ਕੀਤੀ ਆ ਬਟ ਅਨਸਰ ਤੁਹਾਨੂੰ ਦਿਖਾ ਦਾਂ ਸੋ ਇਹਦਾ ਦੋਸਤੋ ਇਹ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਸਾਰ ਪਸਰਿਆ ਗਿਆ ਤਾਂ ਦਾ ਹਨੇਰਾ ਹੋਇਆ ਪਾਪਾਂ ਦਾ ਨਾਸ਼ ਹੋਇਆ ਗੁਰੂ ਜੀ ਨੇ ਥਾ ਥਾ ਤੇ ਸੱਚ ਦਾ ਧਰਮ ਦਾ ਪ੍ਰਚਾਰ ਕੀਤਾ ਠੀਕ ਹੈ ਸੋ ਚਾਰੀ ਦਿਸ਼ਾਵਾਂ ਵੱਲ ਠੀਕ ਹੈ ਖੰਡ ਪ੍ਰਿਥਵੀ ਨੂੰ ਦਾ ਦੇਦਾ ਠੀਕ ਹੈ ਸੋ ਮੈਂ ਇਹ ਜਗ੍ਹਾ ਹੋਰ ਵੀ ਲਿਖਤੇ ਸੀਗੇ ਜਿਵੇਂ ਜਿੱਥੇ ਜਿੱਥੇ ਗੁਰੂ ਜੀ ਨੇ ਪੈਰ ਧਰੇ ਉਹ ਧਰਤੀ ਪੂਜਣ ਯੋਗ ਹੋਗੀ ਠੀਕ ਹੈ ਸੋ ਸ਼ੁਰੂਜ ਮੈਂ ਲਿਖਿਆ ਸੀਗਾ ਇਹ ਕਵਿਤਾ ਗੁਰਦਾਸ ਜੀ ਦੀ ਆ ਇਹ ਬਹੁਤ ਪ੍ਰਸਿੱਧ ਆ ਠੀਕ ਹੈ ਅ ਠੀਕ ਹੈ ਐਦਾਂ ਹੀ ਵੱਡੀ ਕਰਤੀ ਸੀਗੀ ਸੋ ਹੁਣ ਦੇਖਦੇ ਆਂ ਹੋਰ ਸੋ ਦੋਸਤੋ ਇਸ਼ਕ ਸੌਰੀ ਕੀ ਨਾਮ ਆ ਇਸ਼ਕ ਦੀ ਨਵੀਂ ਨਵੀਂ ਬਾਤ ਦਾ ਇਹ ਆਂਸਰ ਆ ਸੂਫੀ ਫਕੀਰ ਮਜ਼ਬਾ ਦੇ ਕਾਮ ਰੰਡਾ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਦਾ ਨਾਮ ਪਾ ਕੇ ਉਸ ਦੇ ਇਸ਼ਕ ਦੀ ਨਵੀਂ ਨਵੀਂ ਬਹਾਰ ਦਾ ਆਨੰਦ ਮਾਣਦਾ ਹੋਇਆ ਉਸ ਨਾਲ ਇੱਕਮਿਕ ਹੋ ਜਾਂਦਾ ਹੈ ਠੀਕ ਹੈ ਸੋ ਕਰਦੇ ਹਾਂ ਨੈਕਸਟ ਜੀ ਉਸ ਤੋਂ ਬਾਅਦ ਸੀ ਕਿ ਮਾ ਕਵੀ ਕਾਲੀਦਾਸ ਤੇ ਪ੍ਰਾਰਥਨਾ ਸੋ ਇਹਦੇ ਮੇਨ ਮੇਨ ਪੁਆਇੰਟ ਲਿਖ ਦੇਣੇ ਸੀਗੇ ਬਾਕੀ ਤੁਸੀਂ ਆਪਣੇ ਵੱਲੋਂ ਬਣਾ ਲੈਣਾ ਸੀ ਸੋ ਆਪਾਂ ਇਹ ਹੀ ਕੀਤਾ ਪ੍ਰਾਰਥਨਾ ਕੀਤੀ ਹੈ ਤੇ ਮੇਨ ਮੇਨ ਪੁਆਇੰਟ ਲਈ ਹੈ ਜਿਵੇਂ ਮਹਾਰਾਜਾ ਰਣਜੀਤ ਸਿੰਘ ਆਲਾ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਸੀਗੀ ਠੀਕ ਹੈ ਸਿੱਖ ਧਰਮ ਵਿੱਚ ਖਾਸ ਅਮਿਤਾ ਠੀਕ ਹੈ ਜਿਵੇਂ ਸਰਬੱਤ ਦਾ ਪੜਾ ਇਹ ਇਹੋ ਜੇ ਮੇਨ ਪੁਆਇੰਟ ਤੁਸੀਂ ਲਿਖ ਦੇਣੇ ਸੀ ਬਾਕੀ ਆਪਣੇ ਵੱਲ ਬਣਾ ਲੂਗੇ ਕੋਈ ਚੱਕਰ ਨਹੀਂ ਸੋ ਦੇਖ ਲੈਂਦੇ ਆ ਦੋਨੋਂ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਫਸਟ ਇਹ ਦੇਖ ਲਓ ਤੇ ਦੋਸਤੋਂ 나ਗ ਸ਼ਾਂਤੀ ਗੈਸ ਪੇਪਰ ਤੋਂ ਪੇਪਰ ਆਇਆ ਨਾ ਪੋਸਟਰ ਤੋਂ ਪੇਪਰ ਆਇਆ ਹਨਾ ਕਿੰਨੀ ਹੋ ਗਿਆ ਦੇਖ ਸਕਦੇ ਹੋ ਸ਼ਾਂਤੀ ਪੇਪਰ ਚ ਜਿਹੜੇ ਇੰਪੋਰਟੈਂਟ ਦੱਸੇ ਸੀ ਉਹਜ ਤਾਂ ਇੱਕ ਵੀ ਨਹੀਂ ਆਇਆ ਹਨਾ ਇਹ ਹੋ ਗਿਆ ਮੇਨ ਮੇਨ ਪੁਆਇੰਟ ਤਾਂ ਢਾਈ ਮਤਲਬ ਮੈਚ ਕਰ ਰਿਹਾ ਤਾਂ ਮਤਲਬ ਤੁਹਾਨੂੰ ਮਿਲ ਜਾਣਗੇ ਠੀਕ ਹੈ ਜਿੰਨੇ ਦਾ ਸੀਗਾ ਸਾਰ ਸਾਰ ਸੀ 6 ਨੰਬਰਾਂ ਦਾ ਤੁਹਾਨੂੰ 5 ਜਾਂ 4 ਨੰਬਰ ਤਾਂ ਮਿਲ ਹੀ ਜਾਣਗੇ ਸੋ ਹੁਣ ਕਰਦੇ ਆਂ ਨੈਕਸਟ ਮਹਾਕਵੀ ਕਾਲੀਦਾਸ ਹਨ ਸੋ ਏਰੀਆ ਇਹ ਤਾਂ ਬਹੁਤ ਘੱਟ ਜਾਣੇ ਨੇ ਲਿਖ ਆਊਗਾ ਸੋ ਤੁਸੀਂ ਇਹ ਦੇਖ ਲਿਆ ਹੋਗਾ ਸੋ ਹੁਣ ਕਰਦੇ ਆਂ ਨੈਕਸਟ ਨੈਕਸਟ ਹੈਗਾ ਜੀ 8 ਲਿਖੇ ਪ੍ਰੇਸ਼ਨਾ ਦੇ ਉੱਤਰ ਦਿਓ ਠੀਕ ਹੈ ਆਪਾਂ ਚਾਰੋਂ ਪ੍ਰੇਸ਼ਨਾ ਦੇ ਉੱਤਰੰਨੇ ਆ ਬੱਚੇ ਚ ਬੋਲੀ ਦਾ ਖਜ਼ਾਨਾ ਕਿਵੇਂ ਅਮੀਰ ਬਣਦਾ ਹੈ ਠੀਕ ਹੈ ਇਹ ਬਿਲਕੁਲ ਇੰਪੋਰਟੈਂਟ ਨਹੀਂ ਸੀਗਾ ਬਟ ਇਹ ਆ ਗਿਆ ਹਨਾ ਜ ਆ ਨੈਕਸਟ ਹੈਗਾ ਜੀ ਪੁਰਾਣੇ ਸਮੇਂ ਵਿੱਚ ਪਲਵਾਨ ਕਿਵੇਂ ਪਿੰਡਾਂ ਉੱਤੇ ਫਤਿਹ ਕਰਦੇ ਹਨ ਠੀਕ ਹੈ ਕਰਦੇ ਸਨ ਇਹ ਵੀ ਇੰਪੋਰਟੈਂਟ ਨਹੀਂ ਸੀ ਇਹ ਆ ਗਿਆ ਸੋ ਇੱਕ ਆ ਦੋ ਠੀਕ ਸੀਗੇ ਕਰਦੇ ਮਨੁੱਖੀ ਬਲਵਿਆਂ ਤੇ ਅਰਦਾਸ ਕਰੂ ਕੀਤੀ ਜਾਂਦੀ ਹੈ ਠੀਕ ਹੈ ਸੋ ਕਰਦੇ ਆ ਸੋ ਇਹਦਾ ਆਨਸਰ ਹੈ ਜਿਆ ਦੋਸਤੋ ਬੋਲੀ ਖਜ਼ਾਨਾ ਸਾਡੇ ਬਚਪਨ ਵਿੱਚ ਜੁੜਦਾ ਜੁੜਨਾ ਸ਼ੁਰੂ ਹੋ ਜਾਂਦਾ ਹੈ ਬਚਪਨ ਵਿੱਚ ਮਨ ਨੂੰ ਤੇ ਚਿੱਤਰੇ ਸਾਨੂੰ ਕਦੇ ਨਹੀਂ ਭੁੱਲਦੇ ਠੀਕ ਹੈ ਮੋਹਰਾ ਵਾਂਗ ਕੰਮ ਆਉਂਦੇ ਹਨ ਅਸੀਂ ਇਹਨਾਂ ਮੋਹਰਾਂ ਨੂੰ ਨਿੱਕੇ ਨਿੱਕੇ ਸਿੱਕੇ ਆ ਮੰਗ ਜ਼ਿੰਦਗੀ ਰੂਪੀ ਮੰਡੀ ਵਿੱਚ ਵਰਤਦੇ ਹਾਂ ਬਚਪਨ ਦੀ ਅਮੀਰ ਬੋਲੀ ਦਾ ਖਜ਼ਾਨਾ ਸਾਨੂੰ ਜ਼ਿੰਦਗੀ ਵਿੱਚ ਅਮੀਰ ਬਣਾ ਦਿੰਦਾ ਹੈ ਸੋ ਦੋਸਤੋ ਕਾ ਸੀਗੀ ਅਰਦਾਸ ਕੋ ਦੋ ਤੇ ਕਿਉਂ ਕੀਤੀਆਂ ਦੀਆਂ ਅਰਮਨੁਖ ਲਈ ਅਰਦਾਸ ਇੱਕ ਅੰਤਿਤ ਜ਼ਰੂਰੀ ਫਰਜ ਹੈ ਠੀਕ ਹੈ ਜੀਵਨ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਵੱਡੇ ਇਹ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਹੈਗਾ ਜੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਫਤਿਹ ਕਰਦੇ ਸੀ ਪੁਰਾਣੇ ਸਮੇਂ ਵਿੱਚ ਪਲਵਾਨ ਟੋਲ ਵਾਲੇ ਨਰੇਕੀ ਠੀਕ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਸੋ ਨੈਕਸਟ ਦੇਖਦੇ ਹਾਂ ਤੋ ਬਾਦ ਆ ਜਾਂਦਾ ਜੀ ਇੱਕ ਪੈਰ ਘੱਟ ਤੋ ਨਾ ਮੜੀਆਂ ਤੋਂ ਦੂਰ ਸੋ ਇਹ ਤਾਂ ਸੌਖਾ ਹੀ ਸੀ ਨਾ ਜਿਵੇਂ ਹੈਗਾ ਇੱਕ ਪੈਰ ਘੱਟ ਤੋ ਨਾ ਠੀਕ ਹੈ ਸੋ ਇਹ ਤੁਸੀਂ ਦੇਖ ਲਿਓ ਚਲੋ ਹੁਣ ਨੈਕਸਟ ਦੇਖਦੇ ਆਂ ਏਰੀਆ ਮੜੀਆਂ ਤੋਂ ਦੂਰ ਇਹ ਵੀ ਦੇਖ ਲਿਓ ਫੇਰ ਆ ਜਾਂਦਾ ਜੀ ਬੰਬ ਨੂੰ ਬੰਬ ਨੂੰ ਮਤਾਦੀਨ ਨਾਲ ਕਿਸ ਗੱਲੋਂ ਈਰਖਾ ਸੀ ਠੀਕ ਹੈ ਕੁਲਫੀ ਵਾਲੇ ਦਾ ਹੁੱਕ ਸੁਣ ਕੇ ਲੇਖਕ ਕੀ ਸੋਚਣ ਲੱਗਾ ਅਮਰੀਕ ਸਿੰਘ ਨੂੰ ਆਪਣੇ ਘਰਦਿਆਂ ਨਾਲ ਕਿਸ ਗੱਲ ਦਾ ਇਤਰਾਜ਼ ਸੀ ਕਰਤਾਰ ਸਿੰਘ ਦੇ ਛੋਟੀ ਉਮਰੇ ਜਾਣ ਦੇ ਕੀ ਲੱਛਣ ਸੀਗੇ ਠੀਕ ਹੈ ਸੋ ਕਰਦੇ ਆਂ ਸੋ ਕਿਹੜੀ ਗੱਲਾਂ ਸੀਗਾ ਉਹ ਰਾਤਾਂ ਪਚੋਰੀ ਕਰਦਾ ਸੀਗਾ ਹਨਾ ਜਦੋਂ ਸ਼ਿਕਾਰ ਖੇਡਣ ਗਿਆ ਤਾਂ ਬੰਦ ਦੀ ਬਾਹਰ ਕਿਸੇ ਹੋਰ ਨੂੰ ਭੇਜਦਾ ਤਾਂ ਉਹਨੇ ਕੁੱਚਲ ਕੇ ਮਾਰਦਾ ਸੀ ਹਨਾ ਸੋ ਨੈਕਸਟ ਦੇਖਦੇ ਆਂ ਛੋਟੀ ਉਮਰੇ ਤੌਰ ਜਾਣ ਦੇ ਕੀ ਕਾਰਨ ਸਨ ਠੀਕ ਹੈ ਉਹ ਨਸ਼ੇ ਕਰਨ ਲੱਗ ਗਿਆ ਸੀ ਹਨਾ ਵੈਲ ਕਰਨ ਲੱਗ ਗਿਆ ਸੀ ਸ਼ਰਾਬ ਇੰਦਾ ਸੀ ਫੀਮ ਖਾਂਦਾ ਸੀ ਨਸ਼ੇ ਦੀਆਂ ਗੋਲੀਆਂ ਖਾਂਦਾ ਸੀ ਠੀਕਾ ਬੀੜੀਆਂ ਪੀਂਦਾ ਸੀ ਤਾਂ ਮਰ ਗਿਆ ਸੋ ਕੀੜੀ ਗੱਲ ਦਾ ਇਤਰਾਜ ਸੀ ਅਮਰੀਕਸ ਨੂੰ ਘਰ ਦੇ ਨਾਲ ਇਤਰਾਜ ਸੀ ਕਿ ਉਸ ਦੇ ਪਿਓ ਦੁਆਰਾ ਕੀਤੇ ਵੈਲ ਸਾਰੇ ਮਾੜੇ ਕੰਮਾ ਦਾ ਉਹਨੂੰ ਲੁਕੋ ਕੇ ਰੱਖਿਆ ਸੀ ਉਹ ਤੋਂ ਠੀਕ ਹੈ ਸੋ ਨੈਕਸਟ ਦੇਖਦੇ ਹਾਂ ਨੈਕਸਟ ਹੈਗਾ ਕੁਲਫੀ ਕਾ ਨੀਦਾ ਹੌਕਾ ਸੌਣ ਕੇ ਕੀ ਕੀ ਸੋਚਣ ਲੱਗਾ ਉਹ ਤੁਹਾਨੂੰ ਪੜੇਗਾ ਉਹਦਾ ਹੌਕਾ ਸੌਣ ਕੇ ਉਹਦੇ ਸਾਹਮਣੇ ਚਿੱਟੀ ਦੁੱਧ ਵਰਗੀ ਕੁਲਫੀ ਖੋਮਣ ਲੱਗੀ ਸੀ ਤੇ ਉਹ ਆਰਥਿਕ ਤੰਗੀ ਕਰਕੇ ਉਹ ਲੈ ਨਹੀਂ ਸਕਦਾ ਸੀ ਉਹ ਸੋਚਦਾ ਹੈ ਕਿ ਆਰਥਿਕ ਤੰਗੀ ਹਵਾਲਾ ਦੀ ਤੰਗੀ ਤੋਂ ਵੀ ਭੈੜੀ ਹੈ ਸੋ ਕਰਦੇ ਹਾਂ ਹੁਣ ਨੈਕਸਟ ਨੈਕਸਟ ਹੈਗਾ ਜੀ ਵਜੀਰਾ ਤੇ ਮਰਸੀ ਠੀਕ ਹੈ ਸੋ ਇਹ ਕੋਈ ਨਹੀਂ ਕਹਿ ਰਿਹਾ ਸੀ ਕਿ ਇਹ ਹੀ ਇਹ ਆਣਗੇ ਠੀਕ ਹੈ ਸੋ ਕਹਿ ਰਿਹਾ ਸੀ ਕਿ ਔਰੰਗਜ਼ੇਬ ਆਊ ਜਾਂ ਨਿਹਾਲ ਕੋਰਾਊ ਜਾਂ ਵਜੀਰਾ ਆਲੀ ਆਊ ਸੋ ਬਟ ਇਹ ਚੰਗਾ ਕਰਤਾ ਵੀਰਾਤ ਵਜੀਰਾ ਦੇਤਾ ਨਹੀਂ ਤਾਂ ਹੋਰ ਕੋਈ ਔਖਾ ਪਾ ਦਿੰਦੇ ਸੋ ਮਰਸੀ ਦੀ ਜਗ੍ਹਾ ਹੋਰ ਦੇ ਦਿੰਦੇ ਹਰਦੇ ਵਜਗਾਇਆ ਤਾਂ ਠੀਕ ਰਹਿਣਾ ਸੀ ਸੋ ਚਲੋ ਕੋਈ ਨਹੀਂ ਵਜੀਰਾ ਦੇਤਾ ਸੀ ਵਜੀਰੇ ਦੇ 8 ਪੁਆਇੰਟ ਪਤਾ ਨਹੀਂ ਕਿੰਨੇ ਸੀਗੇ 1 2 3 4 5 6 7 ਪੁਆਇੰਟ ਸੀਗੇ ਸੋ ਵਧੀਆ ਲਿਖੇ ਹੋਊਗੇ ਚਲੋ ਦੇਖ ਲੈਂਦੇ ਆ ਤੇਰੀ ਪੀਡੀਐਫ ਚ ਤਾਂ ਮਰਸੀ ਨਹੀਂ ਸੀਗੀ ਤੁਸੀਂ ਦੇਖ ਸਕਦੇ ਹੋ ਹੁਣ ਵਜੀਰੇ ਦਾ ਪਾਤਰ ਚਿਤ੍ਰਨ ਸਰਕਾਰੀ ਅਸਰਾਂ ਤੋਂ ਡਰਨ ਨਾਲ ਮਿਹਨਤੀ ਮਜ਼ਦੂਰ ਕਰਨ ਵਾਲਾ ਠੀਕ ਹੈ ਆਪਣੇ ਭਰਾਵਾਂ ਨਾਲ ਲੜਦਾ ਰਹਾ ਅਸਰ ਸੁਭਜਾਉਣ ਵਾਲਾ ਆਸਰਸ ਪੈਦਾ ਕਰਦਾ ਸੀ ਸੋ ਬਸ ਇਹੀ ਆ ਸੋ ਕਰਦੇ ਹਾਂ ਨੈਕਸਟ ਸਟੈਗ ਹੈ ਜੀ ਆਪਣੇ ਕੋ ਵਾਰਤ ਲਾਪਾ ਠੀਕ ਹੈ ਸੋ ਦੇਖਦੇ ਆਨਸਰਸ ਸੋ ਦੋਸਤੋ ਇਹ ਵਾਰਤ ਲਾਪਸੀ ਨੇ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੋ 에रिया ਇਹ ਸ਼ਬਦ ਸ਼ਰਨਜੀਤ ਨੇ ਬਲਵੰਟ ਿਲ ਨੂੰ ਉਸ ਸਮੇਂ ਕਾ ਜੋ ਦੋ ਦੱਸਦਾ ਹੈ ਕਿ ਬਾਜਵਾ ਸ਼ਰਨਜੀਤ ਦੇ ਇੰਗਲੈਂਡ ਆਉਣ ਬਾਰੇ ਸੁਣ ਕੇ ਗੁੱਸਾ ਹੋਵੇਗਾ ਠੀਕ ਹੈ ਸੋ ਉਸ ਤੋਂ ਬਾਅਦ ਹੈਗਾ ਜੀ ਸ਼ਰਨਜੀਤ ਨੂੰ ਬਾਜਵੇ ਤੇ ਕੀ ਸਕ ਸੀ ਇਹ ਸਕ ਸੀ ਕਿ ਉਹ ਉਹਦੇ ਨਾਲ ਨਜ਼ਰਾਂ ਨਹੀਂ ਮਿਲਾ ਪਾਵੇਗਾ ਠੀਕ ਹੈ ਸੋ ਉਸ ਤੋਂ ਬਾਅਦ ਹੈਗਾ ਜੀ ਇਹ ਸ਼ਬਦ ਕਿਸ ਕਾਂਗੀ ਵਿੱਚੋਂ ਲਏ ਗਏ ਹਨ ਠੀਕ ਹੈ ਇਹ ਹੈਗਾ ਜੀ ਸਮੁੰਦਰੋਂ ਪਾਰ ਠੀਕ ਹੈ ਇਹ ਕਾਂਗੀ ਸਮੁੰਦਰੋਂ ਪਾਰ ਹੁਣ ਆਹਲੇ نیچے ਵਾਲਾ ਦੇਖਦੇ ਆ ਜਫਰਨਾਮੇ ਚੋਂ ਜਿਹੜਾ ਸੋ ਦੋਸਤੋਂ ਇੱਕ ਆ ਸੀਗਾ ਹਨਾ ਇਹਦਾ ਯਾਰ ਇੱਕ ਚੀਜ਼ ਨਹੀਂ ਪਤਾ ਲੱਗੀ ਜਿਵੇਂ ਆਹ ਦੇਖ ਲਓ ਇੱਥੇ ਲਿਖਿਆ ਹੋਇਆ ਇਹ ਸ਼ਬਦ ਕਿਸ ਸ਼ਬਦ ਕਿਸ ਨੇ ਕਹੀ ਠੀਕ ਹੈ ਸੋ ਆਵਾਜ਼ ਨੇ ਔਰੰਗਜ਼ੇਬ ਨੂੰ ਕਹੇ ਇਹ ਤਾਂ ਠੀਕ ਹੈ ਪੱਕਾ ਹੋ ਗਿਆ ਅਸ਼ੋਕ ਨੇ ਅਕਬਰ ਨੇ ਢੀਕਾ ਕਿਵੇਂ ਨਹੀਂ ਪੱਕੀ ਕੀਤੀ ਲੋਕਾਂ ਦੇ ਦਿਲ ਜਿੱਤ ਕੇ ਇਹ ਵੀ ਪੱਕਾ ਵਾ ਔਰੰਗਜ਼ੇਬ ਦੇ ਹਕੂਮਤ ਦੁਖੀ ਕਿਹੜੇ ਲੋਕ ਠੀਕ ਹੈ ਇਹ ਲੋਕ ਸੀ ਜਿਹੜੇ ਠੀਕ ਹੈ ਬਟ ਇਹ ਨਹੀਂ ਪਤਾ ਲੱਗਾ ਯਾਰ ਕਦੋਂ ਕਹੇ ਠੀਕ ਹੈ ਮੈਂ ਤਾਂ ਦਰਬਾਰ ਚ ਲਿਖਿਆ ਜੇ ਕਿਸੇ ਨੂੰ ਆਨਸਰ ਪਤਾ ਹੋਊਗਾ ਤਾਂ ਆਨਸਰ ਚ ਲਿਖ ਦਿਓ ਕਿਉਂਕਿ ਇਹ ਚ ਲਿਖਿਆ ਨਹੀਂ ਹੋਇਆ ਸੋ ਇੱਥੇ ਲਿਖਿਆ ਆਵਾਜ਼ ਨੇ ਔਰੰਗਜ਼ੇਬ ਨੂੰ ਬੱਸ ਇੱਥੇ ਹੋਰ ਕੁਝ ਪੁੱਛਿਆ ਨਹੀਂ ਗਿਆ ਸੋ ਹੁਣ ਪਤਾ ਨਹੀਂ ਕੀ ਹੋ ਬਣੂਗਾ ਚਲੋ ਹੁਣ ਦੇਖਦੇ ਆ ਨੈਕਸਟ ਨੈਕਸਟ ਹੈਗੀ ਆ ਜੀ ਫਤਾਰੋ ਤੇ ਫੁੰਮਨ ਚਲੋ ਇਹ ਤਾਂ ਸਹੀ ਆ ਅਨ 익ਸਪੈਕਟਿਡ ਨਹੀਂ ਸੀ ਯਾਰ ਪਿਛਲੇ ਨਾਲੋਂ ਪਿਛਲੇ ਸਾਲ ਨਾਲੋਂ ਪੈਟਰਨ ਚੇਂਜ ਆ ਪੂਰਾ ਤੇ ਐਕਸਪੈਰੀਮੈਂਟ ਹੋ ਰਿਹਾ ਸਾਰੀ ਤੋ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਤਾਰੂ ਦਾ ਪਾਤਰ ਚਿੱਤਰ ਹੈ ਨਾ ਪਹਿਲਾਂ ਤੁਸੀਂ ਲਿਖ ਦੇਣਾ ਸੀ ਕਿਹੜੀ ਕਾਂਗੀਚੋਂ ਕੇ ਮੱਤਵਪੂਰਨ ਪਾਤਰ ਹੈ ਨਾ ਫੇਰ ਇਹਦੇ ਨਾਮ ਲਿਖ ਦੇਣਾ ਸੀ ਨਾਵਲ ਦਾ ਫੇਰ ਇੱਕ ਲੋ ਕੱਚੀ ਰੰਗ ਦੀ ਪੜੀ ਲਿਖੀ ਹੋਈ ਹਨ ਕੱਚੀ ਪੱਕੀ ਸਾਵਲੇ ਜੀ ਰੰਗ ਦੀ ਸਾਵਲੇ ਜੀ ਰੰਗ ਦੀ ਕੁੜੀ ਇੱਕ ਸਧਾਰਨ ਔਰਤ ਠੀਕ ਗੱਤਿਆਂ ਨੂੰ ਪਿਆਰ ਕਰਨ ਵਾਲੀ ਪੁਤਰਾ ਵਾਂਗੂ ਪਤੀ ਦੀ ਸੇਵਾ ਕਰਨ ਵਾਲੀ ਮਿਹਨਤੀ ਅਤੇ ਜ਼ਿੰਮੇਵਾਰ ਔਰਤ ਆਪਣੇ ਸਾਸ ਨਾਲ ਲੜਾਈ ਝਗੜਾ ਕਰਨ ਵਾਲੀ ਗਰੀਬ ਘਰ ਦੀ ਗਰੀਬੀ ਤੋਂ ਪਰੇਸ਼ਾਨ ਬਿਮਾਰੀ ਦਾ ਸ਼ਿਕਾਰ, ਮਾਨਸਿਕ ਤੌਰ ਤੇ ਦੁਖੀ। ਸੋ ਇਹ ਤੁਸੀਂ ਪੁਆਇੰਟ ਲਿਖਣੇ ਸੀ। ਤੇ ਜਿੰਨਾ ਵੀ ਲਿਖ ਲਿਆ ਚਲੋ ਵਧੀਆ। ਜਿੰਨਾ ਅਨਸਰ ਦੇਖ ਲਿਓ ਆਪਣਾ ਕਿੰਨੇ ਕ ਨੰਬਰ ਆ ਜਾਣਗੇ। ਸੋ ਉਸ ਤੋਂ ਬਾਅਦ ਸੀਗਾ ਜੀ ਫੰਮਣ-ਫੰਮਣ ਕਿਨੇ ਕੀਤਾ ਕਿ ਦੇਖ ਲਿਓ। ਜਾਣ ਪਛਾਣ। ਉਹੀ ਮੇਨ ਪੁਆਇੰਟ ਠੀਕ ਹੈ। ਤੇ ਉਸ ਤੋਂ ਬਾਅਦ ਹੈਗਾ ਮਾਪੇ ਆਪ ਦੀ ਆਸਾਂ ਦਾ ਕੇਂਦਰ, ਪੜਨ ਦਾ ਸ਼ੌਕੀਨ, ਜੱਗਿਆ ਸੁਰੂਚੀ ਵਾਲਾ, ਹਾਜ਼ਰ ਜਵਾਬ, ਬਾਤਾਂ ਸੁਣਨ ਦਾ ਸ਼ੌਕੀਨ, ਮਾਪਿਆਂ ਦਾ ਪਿਆਰਾ ਪੁੱਤ। ਮਾਪਿਆਂ ਨੂੰ ਪਿਆਰ ਕਰਨ ਵਾਲਾ ਠੀਕ ਹੈ ਇੱਕ ਵਾਰ ਚੈੱਕ ਕਰ ਲਿਓ ਹਾਂਜੀ ਸੋ ਹੁਣ ਕਰਦੇ ਆਪਾਂ ਨੈਕਸਟ ਇਹ ਵੀ ਅਨ ਐਕਸਪੈਕਟਿਡ ਆ ਗਿਆ ਜਿਵੇਂ ਕਹਿ ਰਹੀ ਸੀ ਕਿ ਲੋਕ ਰਾਜ ਕਿੱਥੇ ਲੱਭੂ ਇਹੋ ਜੇ ਆਣੇ ਆ ਬਟ ਆਏ ਨਹੀਂ ਸੋ ਇਹ ਜਾ ਆ ਗਿਆ ਆਪਣੇ ਕੋ ਖੇਡਿਆ ਮੱਲਿਆ ਕਰ ਬੱਚਿਆਂ ਨਾਲ ਤੂੰ ਤਾਂ ਉਹਨਾਂ ਨੂੰ ਬੁਲਾਉਂਦੀ ਨਹੀਂ ਠੀਕ ਹੈ ਸੋ ਇਹ ਬਹੁਤ ਜਾਣੇ ਦਾ ਗਲਤ ਗਿਆ ਹੋਊਗਾ ਇਹਨਾਂ ਨੇ ਬੰਤਿਆਂ ਵਾਲਾ ਲਿਖਤਾ ਬੋਲ ਜਾਣੇ ਨੇ ਸਾਡੇ ਕੋਲ ਵੇਹਲ ਕਿੱਥੇ ਬਾਤਾਂ ਸੁਣਨ ਦੀ ਛੋਟੇ ਹੁੰਦੇ ਆ ਸੌਂਦੇ ਸੀ ਬੇਬੇ ਕੋਲ ਸੋ ਚਲੋ ਕਰਦੇ ਆ ਜਿਵੇਂ ਦੇਖ ਸਕਦੇ ਹੋ ਖੇਡਿਆ ਮੱਲਿਆ ਕਰ ਬੱਚਿਆਂ ਨਾਲ ਠੀਕ ਹੈ ਤੂੰ ਤਾਂ ਬੁਲਾਉਂਦੀ ਨਹੀਂ ਇਹ ਕਿਹੜੀ ਆ ਠੀਕ ਹੈ ਇਹ ਦੇਖ ਲਓ ਕੁਸਮ ਸੀ ਗਾਣੇ ਕੁਸਮ ਯਾਰੇ ਨਾਂ ਨਹੀਂ ਆਇਆ ਦਾ ਮਤਲਬ ਸੀ ਯਾ ਨਾਮ ਹੀ ਨਹੀਂ ਆਇਆ ਜਦੋਂ ਪੇਪਰ ਦੇ ਰਿਹਾ ਸੀ ਕੁਸਮ ਦੇ ਬਾਪ ਆਪਣੀ ਛੋਟੀ ਉਮਰ ਦੀ ਪਤਨੀ ਨੂੰ ਸਮੇਂ ਕਹੇ ਸੀ ਠੀਕ ਹੈ ਕਈਆਂ ਨੇ ਬੰਤਾ ਲਿਖਤਾ ਸੀ ਬਟ ਇਹ ਆ ਤੇ ਉਸ ਤੋਂ ਬਾਅਦ ਹੈਗਾ ਵੱਡੀ ਉਮਰ ਦੀ ਪਤੀ ਆਪਣੀ ਜਵਾਨ ਪਤਨੀ ਨੂੰ ਕਹਿੰਦਾ ਹੈ ਬੱਚਿਆਂ ਨਾਲ ਖੇਡਿਆ ਮੱਲੇਗਾ ਠੀਕ ਹੈ ਸੋ ਇਹ ਸੀ ਇਹਦਾ ਆਨਸਰ ਮੈਂਤ ਕੀ ਸ਼ਾਮ ਭਾਗ ਚੋ ਗਿਆ ਨਹੀਂ ਤਾਂ ਅਲੱਗ-ਅਲੱਗ ਪਾਉਂਦੇ ਸੀ ਇਹ ਬਹੁਤ ਗਲਤ ਗੱਲ ਆ ਇਹ ਸ਼ਬਦ ਨਿਰੰਜਨ ਤਸਨੀਮ ਦੇ ਨਾਂ ਵਾਲੇ ਖੁਰ ਨਵਾਂ ਸਾਲ ਦੀ ਸ਼ਾਮ ਭਾਗ ਵਿੱਚੋਂ ਬੰਦੇ ਨੇ ਉਸ ਸਮੇਂ ਕਹੇ ਜਦੋਂ ਇੱਕ ਬੰਤਾ ਬੰਦਾ ਬੰਤੇ ਦੇ ਰਿਕਸ਼ੇ ਵਿੱਚ ਬੈਠ ਕੇ ਉਸ ਤੋਂ ਪੁੱਛਦਾ ਹੈ ਕਿ ਕਹਾਣੀ ਸੁਣੇਗਾ ਤਾਂ ਬੰਤੇ ਨੇ ਇਹ ਸ਼ਬਦ ਕਹੇ ਵਿਆਖਿਆ ਬੰਤੇ ਨੇ ਕਿਹਾ ਕੋਲ ਬਾਤਾਂ ਸੁਣਨ ਨੂੰ ਵਿੱਲਾ ਸਮਾਂ ਨਹੀਂ ਹੈ ਉਹ ਇਹ ਦੱਸਦਾ ਹੈ ਕਿ ਛੋਟਾ ਹੁੰਦਾ ਆਪਣੀ ਬੇਬੇ ਕੋਲੋਂ ਬਾਤਾਂ ਸੁਣਦਾ ਸੀ ਸੋ ਦੋਸਤੋ ਇਹੀ ਸੀਗਾ ਸਾਰਾ ਪੇਪਰ ਠੀਕ ਹੈ ਸੋ ਸਾਰਾ ਸਲੂਸ਼ਨਸ ਦੱਸਤੇ ਆ ਤੁਹਾਨੂੰ ਤੇ ਲਾਈਕ ਕਰ ਦਿਓ ਵੀਡੀਓ ਵਧੀਆ ਲੱਗੀ ਹੋਏ ਤਾਂ ਆਪਾਂ ਪਿਛਲੀ ਵੀਡੀਓ ਚ ਆਪਾਂ ਕੀ ਕਹਿੰਦੇ ਆ 올ਡ ਪੇਪਰ ਕਰੀ ਸੀ ਉੱਚ ਬਹੁਤ ਕੁਸ਼ ਆਇਆ ਹੋਇਆ ਜਿਵੇਂ ਹਨਾ ਪ੍ਰਾਰਥਨਾ ਪ੍ਰੂਤਨਾ ਵਗੈਰਾ ਸੋ ਉਹ ਲਾਈਕ ਕਰ ਦਿਓ ਤੇ ਫੇਕ ਵੀਡੀਓ ਤੇ ਵਿਸ਼ਵਾਸ ਨਾ ਕਰਿਓ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਜਿਹੜੇ ਕਹਿੰਦੇ ਆ ਇਹ ਪੱਕਾ ਹੀ ਜਾਣਾ ਪੱਕੇ ਹੀ ਜਾਣਾ ਠੀਕ ਹੈ ਇਹੋ ਜਿਹਾ ਵਿਸ਼ਵਾਸ ਨਾ ਕਰਿਓ ਸੋ ਚਲੋ ਦੋਸਤੋ ਚੰਗਾ ਬਾਏ